ਹਾਂਜੀ ਦੋਸਤੋ, ਸਵਾਗਤ ਹੈ ਇੱਕ ਹੋਰ ਨਵੀਂ ਅਪਡੇਟ ਵੀਡੀਓ ਤੋਂ। ਦੋਸਤੋ, ਸਿੱਧੂ ਮੂਸੇਵਾਲੇ ਦੀ ਮਾਤਾ ਜੀ ਅੱਜ ਲੰਬੇ ਸਮੇਂ ਤੋਂ ਬਾਅਦ ਇੱਕ ਵੱਡਾ ਬਿਆਨ ਦਿੱਤਾ ਹੈ ਜੋ ਕਿ ਛੋਟਾ ਸਿੱਧੂ ਹਵੇਲੀ ਦੇ ਵਿੱਚ ਆਇਆ ਹੈ। ਤਾਂ ਦੋਸਤੋ, ਕਾਫੀ ਜ਼ਿਆਦਾ ਖੁਸ਼ੀਆਂ ਦਾ ਮਾਹੌਲ ਹੈ ਹਵੇਲੀ 'ਚ, ਇੱਕ ਵਾਰ ਫਿਰ ਰੌਣਕਾਂ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਮਾਤਾ ਜੀ ਨੇ ਇੱਕ ਵਾਰ ਫਿਰ ਲੰਬੇ ਸਮੇਂ ਤੋਂ ਬਾਅਦ ਇੱਕ ਵੱਡਾ ਬਿਆਨ ਦਿੱਤਾ ਬੱਚੇ ਬਾਰੇ ਅਤੇ ਸਿੱਧੂ ਬਾਰੇ। ਤਾਂ ਤੁਸੀਂ ਚੈੱਕ ਕਰ ਸਕਦੇ ਹੋ ਕੀ ਲਿਖਿਆ, ਉਹ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਹਾਂ। ਤਾਂ ਮਾਤਾ ਚਰਨ ਕੌਰ ਜੀ ਲਿਖਦੇ ਨੇ, ਸੁਭਾਗ ਸੁਲਖਾਨਾ ਜੋ ਨਿਬੜਿਆ ਪੁੱਤ, ਮੈਂ 1 ਸਾਲ 10 ਮਹੀਨੇ ਬਾਅਦ ਫਿਰ ਤੋਂ ਤੁਹਾਡਾ ਦੀਦਾਰ ਕੀਤਾ। ਪੁੱਤ, ਮੈਂ ਤੁਹਾਡੀ ਪਰਛਾਈ ਅਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦੀ ਹਾਂ। ਪੁੱਤ, ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਹਾਂ ਜਿਹਨੇ ਇੱਕ ਵਾਰ ਫਿਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ। ਬੇਟਾ, ਮੈਂ ਅਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੀ ਜਿਹੀ ਨਿਡਰਤਾ, ਸਿਦਕ, ਸਫਲਤਾ, ਨੇਕੀ ਅਤੇ ਹਲੀਮੀ ਬਖਸ਼ਣ। ਘਰ ਪਰਤਾਉਣ ਲਈ ਧੰਨਵਾਦ ਪੁੱਤ। ਜਿਹੜੇ ਵੀ ਮੇਰੇ ਵੀਰ, ਮੁਬਾਰਕਾਂ ਦਿਓ, ਇੱਕ ਵਾਰ ਫਿਰ ਕਮੈਂਟ ਬੋਕਸ ਦੇ ਵਿੱਚ ਮੁਬਾਰਕਾਂ ਲਿਖੋ। ਤਾਂ ਜੋ ਕਿ ਛੋਟਾ ਸਿੱਧੂ ਇੱਕ ਵਾਰ ਫਿਰ ਹਵੇਲੀ ਦੇ ਵਿੱਚ ਵਾਪਸ ਆ ਚੁੱਕਿਆ।